ਸਾਡੇ ਮਾਣਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਮਾਣਯੋਗ CP ਸਾਹਿਬ, ਸ਼੍ਰੀ ਅਭਿਮਨਿਊ ਰਾਣਾ ਜੀ ADSP ਸਾਹਿਬ, ਸ਼੍ਰੀ ਗੁਰਵਿੰਦਰ ਬੀਰ ਸਿੰਘ SP ਸਾਹਿਬ ਜੀ ਵੱਲੋਂ ਸਖ਼ਤ ਹਦਾਇਤਾਂ ਅਨੁਸਾਰ ਅਸੀਂ ਕੱਲ੍ਹ ਇੱਕ ਕਰਿਆਨੇ ਦੀ ਦੁਕਾਨ ਵਿੱਚ ਇੱਕ ਯੁਵਕ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਆ ਜੀ, ਜਿਸ ਸੰਬੰਧੀ ਅਸੀਂ ਮੁਕੱਦਮਾ ਨੰਬਰ 98 ਮਿਤੀ 19/12/23 ਅੰਡਰ ਸੈਕਸ਼ਨ 188 IPC ਥਾਣਾ ਮੋਹਕਮਪੁਰੇ ਵਿਖੇ ਦਰਜ ਕੀਤਾ ਗਿਆ ਜੀ। ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ, ਹਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਗਿਆ ਹੈ ਅਤੇ ਅੱਗੇ ਕਿੰਨੀ ਕੁ ਇਹਨੇ ਸਪਲਾਈ ਵਗੈਰਾ ਕਰਨੀ ਸੀ, ਇਸ ਬਾਰੇ ਅਸੀਂ ਪੁੱਛਗਿੱਛ ਕਰ ਰਹੇ। ਇਹ ਪੇਟੀ ਦੇ ਹਿਸਾਬ ਨਾਲ ਹੀ ਲੈ ਕੇ ਆਉਂਦੇ ਆ ਅਤੇ ਉਹ ਕਾਫ਼ੀ ਇਹਨਾਂ ਨੂੰ ਸਸਤਾ ਪੈਂਦਾ, ਕਿਉਂਕਿ ਇੱਥੇ ਕਾਫ਼ੀ ਜ਼ਿਆਦਾ ਮਹਿੰਗਾ ਇਹ ਵੇਚਦੇ ਆ, ਇਸ ਵਿੱਚ ਕਾਫ਼ੀ ਮੁਨਾਫਾ ਹੋਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਆ ਸਰ। ਜੀ। ਉਹਨਾਂ 'ਤੇ ਵੀ ਅਸੀਂ ਸਾਡੇ ਵੱਲੋਂ ਇਹੋ ਹੀ ਹੁੰਦੀ ਹੈ ਵੀ ਚਲੋ ਪੇਰੈਂਟਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਰੋਕੋ, ਜੇ ਉਹ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ 'ਤੇ ਅਸੀਂ ਕਾਰਵਾਈ ਕਰਾਂਗੇ।